ਆਂਗਣਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਮ ਖੂਨ ਨਾਲ ਪੱਤਰ ਲਿਖਿਆ। ਸੂਬੇ ਭਰ 'ਚ ਵੱਖ ਵੱਖ ਥਾਵਾਂ 'ਤੇ ਕੈਪਟਨ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ 'ਤੇ ਜਲਦ ਗੌਰ ਨਾ ਕੀਤਾ ਗਿਆ ਤਾਂ 7 ਜੁਲਾਈ ਨੂੰ ਪੂਰੇ ਪੰਜਾਬ 'ਚ ਮੰਤਰੀਆਂ ਦੇ ਹਲਕਿਆਂ 'ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਮੁੱਖ ਮੰਤਰੀ ਅਤੇ ਸਾਡੇ ਬਾਲ ਵਿਕਾਸ ਮੰਤਰੀ ਅਰੁਣ ਚੌਧਰੀ ਦੇ ਨਾਂ 'ਤੇ ਖੂਨ ਨਾਲ ਮੰਗ ਪੱਤਰ ਦੇ ਰਹੇ ਹਾਂ, ਡਾਕ ਰਹੀ ਅਸੀਂ ਮੰਗ ਪੱਤਰ ਭੇਜਾਂਗੇ। ਸਾਡੇ ਮੰਗ ਪੱਤਰ ਵਿੱਚ ਇਹ ਲਿਖਿਆ ਕਿ 2018 ਤੋਂ ਕੇਂਦਰ ਸਰਕਾਰ ਨੇ ਵਰਕਰ ਦਾ 1500 ਰੁਪਈਆ ਅਤੇ ਹੈਲਪਰ ਦਾ 750 ਰੁਪਈਆ ਵਧਾਇਆ ਸੀ, ਜੋ ਪੰਜਾਬ ਸਰਕਾਰ ਨੇ 40% ਵਿੱਚ ਸ਼ੇਅਰ ਕਰਨਾ ਸੀ, ਪਰ ਪੰਜਾਬ ਸਰਕਾਰ ਨੇ 40% ਸ਼ੇਅਰ ਨਹੀਂ ਕੀਤਾ। ਪੰਜਾਬ ਸਰਕਾਰ ਨੇ ਸਾਨੂੰ 900 ਵਰਕਰ ਅਤੇ 750 ਹੈਲਪਰ ਵਾਲੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜੋ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ। ਜੇਕਰ ਪੰਜਾਬ ਸਰਕਾਰ ਦਾ ਸਾਡੇ ਨਾਲ ਇਹੀ ਵਤੀਰਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਡਾ ਸੰਘਰਸ਼ ਇਸ ਤੋਂ ਵੀ ਤੇਜ਼ ਹੋਵੇਗਾ। ਆਂਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਪੰਜਾਬ ਸਰਕਾਰ ਸੱਤਾ 'ਚ ਆਈ ਹੈ, ਨਾ ਤਾਂ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਹੋਏ ਨੇ ਅਤੇ ਨਾ ਹੀ ਮੰਗਾਂ ਨੂੰ ਬੂਰ ਪਿਆ, ਪੁਰਾਣੀਆਂ ਮੰਗਾਂ ਵੀ ਲਟਕ ਰਹੀਆਂ ਨੇ। ਦਰਅਸਲ ਕੇਂਦਰ ਸਰਕਾਰ ਨੇ 1 ਅਕਤੂਬਰ 2018 ਤੋਂ ਵਰਕਰਾਂ ਦੇ ਮਾਣ ਭੱਤੇ 'ਚ 1500 ਰੁਪਏ ਮਹੀਨਾ ਅਤੇ ਹੈਲਪਰਾਂ ਦੇ ਮਾਣ ਭੱਤੇ 'ਚ 750 ਰੁਪਏ ਮਹੀਨਾ ਵਾਧਾ ਕੀਤਾ ਸੀ, ਪਰ ਪੰਜਾਬ ਸਰਕਾਰ ਵੱਲੋਂ ਆਪਣਾ ਬਣਦਾ 40% ਹਿੱਸਾ ਨਹੀਂ ਪਾਇਆ ਜਾ ਰਿਹਾ। ਹੁਣ ਸਰਕਾਰ ਇਹਨਾਂ ਦੀਆਂ ਮੰਗਾਂ ਕਿਉਂ ਨਹੀਂ ਮੰਨਦੀ, ਇਹ ਵੱਡਾ ਸਵਾਲ ਹੈ। ਬਿਊਰੋ ਰਿਪੋਰਟ, ਇੰਡੀਆ ਨਿਊਜ਼, ਪੰਜਾਬ।